ਗਏ ਸੀਗੇ ਕਿਸੇ ਦਾ ਫੈਸਲਾ ਕਰਾਉਣ ਲਈ ਚੌਂਕੀ 'ਚ, ਉੱਥੋਂ ਵਾਪਸ ਆ ਰਹੇ ਸੀਗੇ। ਰਸਤੇ ਵਿੱਚ ਇਹਨਾਂ ਨੇ ਕਰਨ ਨਾਮ ਦਾ ਮੁੰਡਾ ਜਿਹਨੇ ਗੋਲੀਆਂ ਚਲਾਈਆਂ ਨੇ, ਪਹਿਲਾਂ ਬਾਈਕ ਦੇ ਵਿੱਚ ਮਾਰੀ ਕਾਰ, ਫਿਰ ਗੋਲੀਆਂ ਚਲਾਈਆਂ ਨੇ। ਨਹੀਂ ਜੀ, ਮੈਨੂੰ ਇਸ ਗੱਲ ਦਾ ਤਾਂ ਨਹੀਂ ਪਤਾ ਜੀ, ਕਿਸੇ ਦਾ ਫੈਸਲਾ ਕਰਾਉਣ ਗਏ ਸੀ ਜੀ। ਇਹ ਇੱਥੋਂ ਦਾ ਸਰਪੰਚ ਹੈਗਾ ਜੀ, ਜੰਡ ਵਾਲਾ ਪੀਮੇ ਸ਼ਾਹ ਦਾ ਜੀ। ਮੇਰੇ ਤਾਂ ਬੱਚੇ ਵੀ ਨਿੱਕੇ ਨਿੱਕੇ ਨੇ ਜੀ, ਮੈਂ ਤਾਂ ਅੱਗੇ ਹੀ ਬਹੁਤ ਨੁਕਸਾਨ ਚੱਲਿਆ ਹੋਇਆ ਜੀ। ਮੇਰੇ ਚਾਚਾ ਜੀ ਜੋ ਕਿਸੇ ਦਾ ਫੈਸਲਾ ਕਰਵਾਉਣ ਲਈ ਚੌਂਕੀ ਰੋੜਾ ਵਾਲੀ ਗਏ ਹੋਏ ਸੀ, ਉੱਥੋਂ ਵਾਪਸੀ ਆ ਰਹੀ ਤਾਂ ਟਾਣੀ ਹਰੀਪੁਰਾ ਦੇ ਕੋਲ ਮੌਜੂਦਾ ਸਰਪੰਚ ਦਾ ਪੁੱਤਰ ਕਰਨ ਕੰਬੋਜ, ਜਿਹਨੇ ਪਹਿਲਾਂ ਬਾਈਕ ਦੇ ਵਿੱਚ ਘਾਰ ਮਾਰੀ, ਚਾਚਾ ਜੀ ਡਿੱਗੇ ਅਤੇ ਉਹਨੇ ਤਿੰਨ ਗੋਲੀਆਂ ਚਲਾਈਆਂ, ਦੋ ਪਾਸਿਓ ਛੂਹ ਕੇ ਲੰਘ ਗਈਆਂ ਅਤੇ ਇੱਕ ਗੋਲੀ ਉਹਨਾਂ ਦੀ ਵੱਖੀ 'ਚ ਲੱਗੀ। ਉਹ ਅਕਾਲੀ ਦਲ ਨਾਲ ਸੰਬੰਧਿਤ ਆ ਅਤੇ ਅਸੀਂ ਕਾਂਗਰਸੀ ਹਾਂ ਪੱਕੇ, ਅਤੇ ਸਾਡੇ ਨਾਲ ਖਾਰ ਖਾਨ ਦੇ ਮਾਰੇ ਨੇ, ਉਹਨਾਂ ਨੇ ਚਾਚੇ ਸਾਡੇ 'ਤੇ ਹਮਲਾ ਕੀਤਾ ਆ, ਅਤੇ ਅਸੀਂ ਸਰਕਾਰ ਤੋਂ ਇਨਸਾਫ਼ ਦੀ ਮੰਗ ਚਾਹੁੰਦੇ ਹਾਂ। ਇਹ ਹਲਕਾ ਜਲਾਲਾਬਾਦ ਸੁਖਬੀਰ ਸਿੰਘ ਬਾਦਲ ਦਾ ਹਲਕਾ ਆ, ਅਤੇ ਉਹ ਤਾਂ ਹੀ ਉਹ ਜ਼ਿਆਦਾ ਚੌੜੇ ਹੋਏ ਪਏ ਆ ਵੀ ਆਪਦੀ ਪਹੁੰਚ ਜੀ ਬਣਾਉਂਦੇ ਆ, ਵੀ ਕਿਸੇ ਦਾ ਫੈਸਲਾ ਸੀਗਾ ਅਤੇ ਉੱਥੇ ਟਾਈਮ ਰੱਖਿਆ ਹੋਇਆ ਸੀਗਾ ਹਫ਼ਤੇ ਦਾ, ਅਤੇ ਬਸ ਰੰਜਿਸ਼ ਕਾਰਨ ਚਾਚਾ ਜੀ 'ਤੇ ਹਮਲਾ ਕੀਤਾ ਉਹਨਾਂ ਨੇ। ਜਗਰ ਸਿੰਘ ਵਾਪਸੀ ਜੰਡ ਵਾਲਾ ਭੀਮੇ ਸ਼ਾਹ ਅੱਜ ਫੈਰ ਨਾਲ ਇੰਜਰ ਹੋਇਆ ਸੀਗਾ ਜੀ, ਜਿਹਨੂੰ ਸਿਵਲ ਹਸਪਤਾਲ ਫਾਜ਼ਿਲਕਾ ਦਾਖਲ ਕਰਾਇਆ ਸੀ ਅਤੇ ਫਰੀਦਕੋਟ ਦਾ ਡਾਕਟਰ ਸਾਹਿਬ ਨੇ ਰੈਫਰ ਕਰਤਾ ਸੀ। ਜਿਹੜਾ ਜੇ ਦੋਸ਼ੀ ਹੈ ਇੱਕ ਨਾਮ ਜਦ ਹੋ ਗਿਆ ਜੀ, ਰਾਜਨ ਹੈਗਾ, ਬਾਕੀ ਤਫਤੀਸ਼ ਚੱਲ ਰਹੀ ਹੈ, ਤਸਵੀਰ ਸਾਹਮਣੇ ਲੈਂਦੀ ਜੂਗੀ। ਇਹਨਾਂ ਦੇ ਆਪਸ ਵਿੱਚ ਪਿੰਡ ਦੇ ਵਿੱਚ ਟਕਰਾਅ ਸੀ ਇਹਨਾਂ ਦੋਨਾਂ ਪਾਰਟੀਆਂ ਦਾ, ਇਹ ਗਲਤਾਂ ਸਾਹਮਣੇ ਆਈ। ਸਾਰੇ ਮਾਮਲੇ ਦੀ ਤਫਤੀਸ਼ ਬੜੀ ਡੂੰਘਾਈ ਤੱਕ ਕੀਤੀ ਜਾ ਰਹੀ ਹੈ, ਤਸਵੀਰ ਸਾਹਮਣੇ ਜਾ ਕੇ ਮੁਕੱਦਮੇ ਨਿਪਟਾਰਾ ਕੀਤਾ ਜਾਊ। ਨਵੀਆਂ ਅਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਦੇਸ਼ ਵਿਦੇਸ਼ TV ਨੂੰ ਲਾਈਕ, ਸ਼ੇਅਰ, ਸਬਸਕ੍ਰਾਈਬ ਕੀਤਾ ਜਾਵੇ। ਦੀਦੀ, ਤੁਸੀਂ ਤਾਂ ਕਿਹਾ ਸੀ ਅੱਜ ਮੇਰੀ ਕੋਈ ਸ਼ੂਟਿੰਗ ਨਹੀਂ, ਪਰ ਸਵੇਰੇ ਸਵੇਰੇ ਫੇਰ ਤਿਆਰੀ ਕਸੀ ਬੈਠੇ ਹੋ। ਮੈਂ ਤਾਂ ਤੈਨੂੰ ਦੱਸਣਾ ਹੀ ਭੁੱਲ ਗਈ, ਅੱਜ ਤਾਂ ਪੰਜਾਬੀ ਸਕਰੀਨ ਵਾਲਿਆਂ ਨੇ ਘਰੇ ਆਉਣਾ ਹੈ ਮੇਰੀ ਇੰਟਰਵਿਊ ਲਈ। ਵਾਹ, ਕੀ ਬਾਤ ਹੈ, ਤੇ ਉਹ ਟਾਈਟਲ ਪੇਜ ਤੇ ਮੇਰੀ ਫੋਟੋ ਵੀ ਲਾ ਰਿਹਾ ਹੈ। ਬਾਲੀਵੁੱਡ ਦਾ ਨੰਬਰ 1 ਫਿਲਮ ਮੇਰੇ ਸਾਲਾ ਪੰਜਾਬੀ ਸਕਰੀਨ।